ਦੋਸਤੋ, ਸਾਲ 2023 ਆਖਰੀ ਪੜਾਅ ਦੇ ਉੱਤੇ ਹੈ ਅਤੇ ਕੁਝ ਘੰਟਿਆਂ ਤੱਕ ਸਾਲ 2024 ਦੀ ਹੋ ਰਹੀ ਹੈ ਆਮਦ। ਅਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਸਾਲ 2023 ਦੇ ਵਿੱਚ ਕਿਹੜੀਆਂ ਅਸੀਂ ਗਲਤੀਆਂ ਕਰਦੇ ਰਹੇ ਹਾਂ ਅਤੇ ਕਿਵੇਂ ਉਹਨਾਂ ਦੇ ਵਿੱਚ ਸੁਧਾਰ ਕਰਕੇ ਅਸੀਂ ਸਾਲ 2024 ਦੇ ਵਿੱਚ ਬਣ ਸਕਦੇ ਹਾਂ ਇੱਕ ਸਫਲ ਇਨਸਾਨ, ਕਿਵੇਂ ਜਿਹੜਾ ਅਸੀਂ ਆਪਣੇ ਰਿਸ਼ਤਿਆਂ ਨੂੰ ਹੋਰ ਗੂੜਾ ਬਣਾ ਸਕਦੇ ਹਾਂ, ਕਿਵੇਂ ਅਸੀਂ ਆਪਣੀ ਸ਼ਖਸੀਅਤ ਨੂੰ ਸੁਧਾਰ ਸਕਦੇ ਹਾਂ, ਕਿਵੇਂ ਅਸੀਂ ਸਫਲ ਇਨਸਾਨ ਬਣ ਸਕਦੇ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਗੋਵਿੰਦਜੀਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਨਵੀਂ ਵੀਡੀਓ ਦੇ ਨਾਲ। ਵੀਡੀਓ ਸ਼ੁਰੂ ਕਰੀਏ, ਇਹਨਾਂ ਪੁਆਇੰਟਸ ਦੇ ਉੱਤੇ ਗੱਲਬਾਤ ਕਰੀਏ। 5 ਪੁਆਇੰਟਸ ਲੈ ਕੇ ਅੱਜ ਹਾਜ਼ਰ ਹੋਏ ਹਾਂ। ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਸਾਡੇ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ। ਨਵਾਂ ਸਾਲ ਤੁਹਾਡੇ ਲਈ ਤਰੱਕੀਆਂ ਵਾਲਾ ਹੋਵੇ, ਤੰਦਰੁਸਤੀ ਵਾਲਾ ਹੋਵੇ ਅਤੇ ਤੁਹਾਡੇ ਸਾਰੇ ਸੁਪਨੇ ਸਾਕਾਰ ਹੋਣ ਸਾਲ 2024 ਦੇ ਵਿੱਚ। ਦੋਸਤੋ, ਵੀਡੀਓ ਸ਼ੁਰੂ ਕਰਦੇ ਹਾਂ। ਕੁਝ 5-6 ਪੁਆਇੰਟਸ ਜਿਹੜੇ ਨੇ ਉਹ ਨੋਟ ਕਰਕੇ ਮੈਂ ਲੈ ਕੇ ਆਇਆ। ਸਭ ਤੋਂ ਪਹਿਲਾ ਪੁਆਇੰਟ ਜਿਹੜਾ ਮੈਨੂੰ ਲੱਗਿਆ ਉਸ 'ਤੇ ਗੱਲਬਾਤ ਹੋਣੀ ਚਾਹੀਦੀ ਹੈ, ਉਹ ਹੈ ਦੋਸਤੋ ਕਿ ਅਸੀਂ ਵਧੇਰਾ ਸਮਾਂ ਜਿਹੜਾ ਆ ਪਰਿਵਾਰ ਨੂੰ ਇਗਨੋਰ ਕਰਦੇ ਰਹੇ ਹਾਂ ਸਾਲ 2023 ਦੇ ਵਿੱਚ, ਅਤੇ ਅਸੀਂ ਘਰ ਤੋਂ ਬਾਹਰ ਸਮਾਂ ਬਤੀਤ ਕਰਨ ਨੂੰ ਜਿਹੜਾ ਉਹ ਵਧੇਰੇ ਸਮਾਂ ਦਿੰਦੇ ਰਹੇ ਹਾਂ। ਯਾਨੀ ਕਿ ਫੈਮਿਲੀ ਨੂੰ ਅਸੀਂ ਬਹੁਤ ਘੱਟ ਸਮਾਂ ਦਿੱਤਾ, ਕਿਉਂਕਿ ਵਧੇਰੇ ਸਮਾਂ ਜਿਹੜਾ ਆ ਉਹ ਕੰਮਾਂ ਕਾਰਾਂ 'ਤੇ ਨਿਕਲ ਜਾਂਦਾ ਹੈ। ਸਾਰੇ ਵਿਅਸਤ ਰਹਿੰਦੇ ਨੇ ਅੱਜ ਕੱਲ੍ਹ, ਬਿਜ਼ੀ ਲਾਈਫ ਆ ਹਰ ਕਿਸੇ ਦੀ, ਅਤੇ ਘਰ ਆ ਕੇ ਜਿਹੜਾ ਅਸੀਂ ਸਕਰੀਨ ਟਾਈਮ ਨੂੰ ਵੀ ਵਧਾ ਦਿੱਤਾ ਹੈ। ਪਹਿਲਾਂ ਕੰਮ ਕਾਰ 'ਤੇ, ਫਿਰ ਦੋਸਤਾਂ ਮਿੱਤਰਾਂ ਦੇ ਨਾਲ, ਜਾਂ ਕਿਤੇ ਟੂਰ 'ਤੇ ਚਲੇ ਗਏ ਅਤੇ ਜੇ ਘਰ ਆਏ ਵੀ ਤਾਂ ਫੋਨ ਜਿਹੜਾ ਆ ਯੂਜ਼ ਕਰਨਾ ਸ਼ੁਰੂ ਕਰ ਦਿੱਤਾ, ਵਧੇਰੇ ਟੀ ਵੀ ਦੇਖਣਾ ਸ਼ੁਰੂ ਕਰ ਦਿੱਤਾ, ਜਾਂ ਪੈਂਡਿੰਗ ਕੰਮ ਹੈ ਲੈਪਟੋਪ ਦੇ ਉੱਤੇ, ਕੰਪਿਊਟਰ ਦੇ ਉੱਤੇ, ਫੋਨ 'ਤੇ ਉਹ ਕਰਨਾ ਸ਼ੁਰੂ ਕਰ ਦਿੱਤਾ। ਅਤੇ ਪਰਿਵਾਰ ਵਾਲੇ ਜਿਹੜੇ ਸਾਰਾ ਦਿਨ ਇਸ ਉਮੀਦ 'ਚ ਰਹਿੰਦੇ ਨੇ, ਉਡੀਕ 'ਚ ਰਹਿੰਦੇ ਨੇ ਕਿ ਕਦੋਂ ਤੁਸੀਂ ਘਰ ਪਰਤਣਾ ਹੈ, ਅਤੇ ਉਹਨਾਂ ਨੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ, ਕਿਉਂਕਿ ਕਿਹਦੇ ਨਾਲ ਗੱਲਾਂ ਕਰਨਗੇ, ਉਹ ਕੰਧਾਂ ਨਾਲ ਤਾਂ ਗੱਲਾਂ ਕਰਨਗੇ ਨਹੀਂ। ਪਰਿਵਾਰ ਅੱਜ ਕੱਲ੍ਹ ਛੋਟੇ ਨੇ ਪਹਿਲਾਂ ਵਰਗੇ, ਵੱਡੇ ਪਰਿਵਾਰ ਨੇ, ਜੁਆਇੰਟਸ ਫੈਮਿਲੀਆਂ ਬਹੁਤ ਘੱਟ ਨੇ, ਅਤੇ ਉਹਦੇ ਕਰਕੇ ਜਿਹੜਾ ਉਹ ਕਿਹਦੇ ਨਾਲ ਗੱਲ ਕਰਨਗੇ, ਤੁਹਾਡੇ ਨਾਲ ਹੀ ਗੱਲ ਕਰਨਗੇ। ਜੇਕਰ ਤੁਸੀਂ ਹੀ ਉਹਨਾਂ ਨੂੰ ਸਮਾਂ ਨਹੀਂ ਦਿੰਦੇ ਤਾਂ ਫਿਰ ਉਹ ਕਿਹਦੇ ਨਾਲ ਗੱਲਾਂ ਬਾਤਾਂ ਕਰਨਗੇ, ਅਤੇ ਹੌਲੀ ਹੌਲੀ ਸਲੋਲੀ ਫਿਰ ਸ਼ੁਰੂ ਹੁੰਦਾ ਡਿਪਰੈਸ਼ਨ ਵਾਲਾ ਕੰਮ, ਕਿਉਂਕਿ ਜ਼ਿਆਦਾਤਰ ਜਦੋਂ ਕੋਈ ਇਨਸਾਨ ਚੁੱਪ ਰਹੇਗਾ, ਕਿਸੇ ਨਾਲ ਗੱਲ ਹੀ ਨਹੀਂ ਕਰੇਗਾ, ਤਾਂ ਫਿਰ ਮਾਨਸਿਕ ਪਰੇਸ਼ਾਨੀਆਂ ਅਤੇ ਮਾਨਸਿਕ ਬਿਮਾਰੀਆਂ ਵਾਲਾ ਰਾਹ ਜਿਹੜਾ ਉਹ ਖੁੱਲ੍ਹ ਜਾਂਦਾ। ਸੋ ਇਹਦੇ ਲਈ ਜ਼ਰੂਰੀ ਹੈ ਕਿ ਆਪਣੀ ਫੈਮਿਲੀ ਦੇ ਨਾਲ ਜ਼ਰੂਰ ਬੈਠਿਆ ਕਰੋ, ਜਿੰਨਾ ਸਮਾਂ ਵੀ ਮਿਲਦਾ, ਚਾਹੇ ਚੰਦ ਮਿੰਟ ਹੀ ਕਿਉਂ ਨਾ ਸਹੀ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੋ। ਤੁਹਾਡਾ ਵੀ ਮਨ ਹਲਕਾ ਹੋਏਗਾ, ਉਹਨਾਂ ਦਾ ਵੀ ਮਨ ਹਲਕਾ ਹੋਏਗਾ, ਔਰ ਜਿਹੜੀ ਹੱਲਾਸ਼ੇਰੀ ਤੁਹਾਨੂੰ ਫੈਮਿਲੀ ਕੋਲੋਂ ਮਿਲਣੀ ਆ, ਉਹ ਤੁਹਾਨੂੰ ਕਿਤੋਂ ਵੀ ਹੱਲਾਸ਼ੇਰੀ ਨਹੀਂ ਮਿਲਣੀ। ਜਿਹੜੇ ਸਾਡੇ NRI ਵੀਰ ਨੇ, ਉਹਨਾਂ ਨੂੰ ਵੀ ਬੇਨਤੀ ਹੈ ਕਿ ਕਈ ਵੀਰ ਭਰਾ ਜਿਹੜੇ ਨੇ ਉਹ ਬੜੀ ਦਲੇਰੀ ਦੇ ਨਾਲ ਦੱਸਦੇ ਨੇ ਕਿ ਮੈਂ 15 ਸਾਲ ਹੋ ਗਏ ਘਰ ਨਹੀਂ ਗਿਆ, ਮੈਨੂੰ 8 ਸਾਲ ਹੋ ਗਏ ਮੈਂ ਪਿੰਡ ਨਹੀਂ ਗਿਆ, ਅਤੇ ਪਰਤੋਂ ਆਪੋ ਆਪਣੇ ਪਿੰਡਾਂ ਨੂੰ, ਕਿਉਂਕਿ ਇਹ ਪੈਸੇ ਜਿਹੜੇ ਨੇ ਇਹ ਨਾਲ ਨਹੀਂ ਜਾਣੇ, ਜ਼ਰੂਰੀ ਨੇ, ਪੈਸੇ ਬਗੈਰ ਗੁਜ਼ਾਰਾ ਨਹੀਂ ਹੈਗਾ। ਮਹਿੰਗਾਈ ਦਾ ਜਿਹੜਾ ਦੌਰ ਹੈ ਪੂਰੀ ਦੁਨੀਆ ਦੇ ਵਿੱਚ, ਪਰ ਇਹ ਨਾਲ ਨਹੀਂ ਜਾਣੇ, ਇੱਕ ਤਾਂ ਜ਼ਿੰਦਗੀ ਮਿਲੀ ਆ, ਜੇ ਉਹ ਵੀ ਅਸੀਂ ਪਰਿਵਾਰ ਤੋਂ ਦੂਰ ਰਹਿ ਕੇ ਜਾਂ ਉਹਨਾਂ ਦੇ ਨਾਲ ਗੱਲਬਾਤ ਕੀਤੀਆਂ ਬਗੈਰ ਗੁਜ਼ਾਰ ਰਹੇ ਹਾਂ, ਅਤੇ ਜਦੋਂ ਸਾਡਾ ਕੋਈ ਪਰਿਵਾਰ ਦਾ ਜੀ ਇਸ ਜਹਾਨ ਨੂੰ ਅਲਵਿਦਾ ਕਹਿ ਜਾਂਦਾ, ਅਤੇ ਫਿਰ ਸਾਡੇ ਪੱਲੇ ਸਿਰਫ ਰੋਣਾ ਅਤੇ ਪਛਤਾਵਾ ਰਹਿ ਜਾਂਦਾ ਕਿ ਯਾਰ ਅਸੀਂ ਆਪਣੇ ਪਰਿਵਾਰ ਦੇ ਕੋਲ ਕਦੇ ਘੜੀ ਬੈਠੇ ਹੀ ਨਹੀਂ ਚੰਗੀ ਤਰ੍ਹਾਂ, ਫਿਰ ਪਛਤਾਵਾ ਰਹਿ ਜਾਂਦਾ, ਅਤੇ ਮੁੜ ਕੇ ਇਹ ਕੋਈ ਦੂਸਰਾ ਚਾਂਸ ਨਹੀਂ ਮਿਲਣਾ ਕਿ ਅਸੀਂ ਦੂਜੀ ਵਾਰੀ ਜਿਹੜੀਆਂ ਗੱਲਾਂ ਬਾਤਾਂ ਕਰ ਲਵਾਂਗੇ। ਨਹੀਂ, ਇੱਕੋ ਹੀ ਜ਼ਿੰਦਗੀ ਮਿਲੀ ਹੈ ਅਤੇ ਇਹਦਾ ਭਰੋਸਾ ਵੀ ਕੋਈ ਨਹੀਂ, ਇਹਦੇ ਲਈ ਪੋਜ਼ਿਟਿਵ ਸੋਚ ਕੇ, ਪੋਜ਼ਿਟਿਵ ਰਹਿ ਕੇ ਆਪਣੇ ਪਰਿਵਾਰ ਦੇ ਨਾਲ ਗੱਲਾਂ ਬਾਤਾਂ ਕਰਿਆ ਕਰੋ, ਉਹਨਾਂ ਨੂੰ ਸਮਾਂ ਜਿਹੜਾ ਆ ਜਿੰਨਾ ਹੋ ਸਕੇ ਉਹ ਸਮਾਂ ਪਰਿਵਾਰ ਨੂੰ ਦਿਓ। ਦੂਸਰੀ ਗੱਲ ਜਿਹੜੀ ਮੈਨੂੰ ਲੱਗਿਆ ਅਤੇ ਵੀ ਗੱਲਬਾਤ ਹੋਣੀ ਜ਼ਰੂਰੀ ਹੈ, ਨੂੰਹ ਸੱਸ ਦਾ ਜਿਹੜਾ ਤਕਰਾਰ ਹੈ ਉਹ ਅਸੀਂ ਦੇਖਦੇ ਰਹਿੰਦੇ ਹਾਂ, ਸੁਣਦੇ ਰਹਿੰਦੇ ਹਾਂ, ਅਕਸਰ ਇੱਦਾਂ ਦੇ ਜਿਹੜੇ ਕੇਸ ਆ ਉਹ ਇਸ ਤਰ੍ਹਾਂ ਦੇ ਜਿਹੜੇ ਤਕਰਾਰ ਦੀਆਂ ਖਬਰਾਂ ਗੱਲਾਂ ਉਹ ਕੰਨੀ ਪੈਂਦੀਆਂ ਰਹਿੰਦੀਆਂ ਨੇ, ਅਤੇ ਨੂੰਹ ਸੱਸ ਦਾ ਰੌਲਾ ਜਿਹੜਾ ਉਹ ਅਕਸਰ ਜਿਹੜਾ ਆ ਉਹ ਸਾਹਮਣੇ ਆਉਂਦਾ ਰਹਿੰਦਾ। ਜਿਹੜੀਆਂ ਮੈਰਿਡ ਵੂਮੈਨਸ ਨੇ, ਗਰਲਸ ਨੇ, ਲੜਕੀਆਂ ਨੇ, ਉਹਨਾਂ ਨੂੰ ਤਾਂ ਇਹ ਅਪੀਲ ਬੇਨਤੀ ਆ ਕਿ ਨਵਾਂ ਸਾਲ ਸ਼ੁਰੂ ਹੋਣ ਜਾ ਰਿਹਾ, ਸਾਲ 2024 ਦਾ ਪਹਿਲੀ ਤਰੀਕ ਨੂੰ ਉੱਠ ਕੇ ਸਵੇਰੇ ਆਪਣੀ ਸੱਸ ਦੇ ਪੈਰੀਂ ਹੱਥ ਲਾਓ, ਉਹਨੂੰ ਵਧੀਆ ਜਿਹੀ ਰੋਟੀ ਬਣਾ ਕੇ ਖਵਾਓ, ਕਿਉਂਕਿ ਤੁਹਾਡਾ ਜਿਹੜਾ ਜੀਵਨ ਸਾਥੀ ਹੈ ਉਹਨੂੰ ਵੀ ਜਿਹੜੀ ਆ ਇੱਕ ਖੁਸ਼ੀ ਮਿਲੂਗੀ ਕਿ ਮੇਰੀ ਮਾਂ ਦੀ ਮੇਰੇ ਘਰ ਦੇ ਵਿੱਚ ਕਦਰ ਹੈ।
ਜਦੋਂ ਉਹਦੀ ਮਾਂ ਦੀ ਕਦਰ ਨਹੀਂ ਕਰਦੇ ਵਿੱਚ, ਤਾਂ ਹਰ ਵੇਲੇ ਉਹ ਇਨਸਾਨ ਟੁੱਟਿਆ ਟੁੱਟਿਆ ਰਹਿੰਦਾ, ਬੁਝਿਆ ਬੁਝਿਆ ਰਹਿੰਦਾ ਹੈ। ਅਤੇ ਉਹਦਾ ਕੰਮ ਕਾਰ 'ਤੇ ਵੀ ਧਿਆਨ ਕੀ ਲੱਗੂਗਾ, ਉਹ ਕੀ ਤਰੱਕੀ ਕਰੂਗਾ, ਕੀ ਫਿਊਚਰ ਪਲੈਨ ਕਰੂਗਾ, ਕੀ ਉਹ ਆਪਣੇ ਕਾਰੋਬਾਰ 'ਚ ਵਾਧਾ ਕਰੂਗਾ, ਜਦੋਂ ਉਹਦੀ ਮਾਂ ਹੀ ਦੁਖੀ ਹੈ, ਕਿਉਂਕਿ ਮਾਂ ਤੋਂ ਵੱਡਾ ਅਤੇ ਪਵਿੱਤਰ ਰਿਸ਼ਤਾ ਦੁਨੀਆ 'ਤੇ ਕੋਈ ਨਹੀਂ ਹੈਗਾ। ਇਸ ਕਰਕੇ ਤੁਸੀਂ ਆਪਣੇ ਘਰ ਵਾਲੇ ਦੀ ਸੇਵਾ ਹਾਲੇ ਥੋੜ੍ਹੀ ਜਿਹੀ ਘੱਟ ਕਰ ਲਓਗੇ ਤਾਂ ਚੱਲ ਜਾਊਗਾ। ਤੁਸੀਂ ਆਪਣੇ ਘਰ ਵਾਲੇ ਨਾਲੋਂ ਜੇ ਤਵੱਜੋਂ ਆਪਣੀ ਸੱਸ ਨੂੰ ਦਿਓਗੇ ਨਾ, ਅਤੇ ਤੁਹਾਡਾ ਘਰ ਵਾਲਾ ਜਿਹੜਾ ਜੀਵਨ ਸਾਥੀ ਹੈ, ਉਹਨੂੰ ਖੁਸ਼ੀ ਹੋਊਗੀ ਕਿ ਮੇਰੀ ਮਾਂ ਦਾ ਬਹੁਤ ਖਿਆਲ ਰੱਖਿਆ ਜਾਂਦਾ ਇਸ ਘਰ ਦੇ ਵਿੱਚ, ਅਤੇ ਉਹ ਪੋਜ਼ਿਟਿਵ ਹੋ ਕੇ ਹੋਰ ਮਿਹਨਤ ਕਰੇਗਾ, ਕੰਮਾਂ ਕਾਰਾਂ 'ਚ ਵਾਧੇ ਹੋਣਗੇ, ਅਤੇ ਤੁਹਾਡੇ ਲਈ ਵੀ ਉਹ ਦੁੱਗਣਾ ਤਿੱਗਣਾ ਚਾਰ ਗੁਣਾ ਵੱਧ ਸੋਚਣਾ ਸ਼ੁਰੂ ਕਰ ਦੇਗਾ। ਇਹ ਕੁਦਰਤੀ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ, ਰਿਸ਼ਤੇ ਨਾਤੇ ਅਜਿਹੇ ਬਣੇ ਨੇ ਕਿ ਰਿਸਪੈਕਟ ਜਿਹੜੀ ਹੈ ਕਰੋਗੇ ਤਾਂ ਤੁਸੀਂ ਤੁਹਾਨੂੰ ਰਿਸਪੈਕਟ ਮਿਲਣੀ ਹੈ। ਜੇ ਤੁਸੀਂ ਰਿਸਪੈਕਟ ਘਰ ਦੇ ਵਿੱਚ ਹੀ ਪਰਿਵਾਰਕ ਮੈਂਬਰ ਦੀ ਨਹੀਂ ਕਰੋਗੇ ਤਾਂ ਤੁਹਾਡੀ ਵੀ ਰਿਸਪੈਕਟ ਜਿਹੜੀ ਆ ਉਹ ਨਹੀਂ ਹੋਣੀ, ਇਹ ਗੱਲ ਪੱਥਰ 'ਤੇ ਲਕੀਰ ਆ। ਸੋ ਇਹਦੇ ਲਈ ਤੁਸੀਂ ਆਪਣੀਆਂ ਸੱਸਾਂ ਨੂੰ ਮਾਵਾਂ ਮੰਨ ਲਓ ਕਿ ਸਾਡੀ ਮਾਂ ਹੈ, ਅਤੇ ਬਸ ਉਸ ਦਿਨ ਤੋਂ ਕਲੇਸ਼ ਸਾਰੇ ਖਤਮ ਹੋ ਜਾਣੇ ਨੇ। 2 ਦਿਨ, 2 ਮਹੀਨੇ, 2 ਸਾਲ ਲੱਗ ਜਾਣਗੇ, ਪਰ ਤੁਹਾਡੀ ਸੱਸ ਦਾ ਜਿਹਨੂੰ ਤੁਸੀਂ ਮਾਂ ਮੰਨ ਲਿਆ, ਉਹਦਾ ਇੱਕ ਦਿਨ ਉਹਦਾ ਦਿਲ ਪਿਘਲੂਗਾ, ਅਤੇ ਉਹਦਾ ਪਿਆਰ ਜਿਹੜਾ ਉਹ ਇੱਕ ਜਿਵੇਂ ਇੱਕ ਡੈਮ ਟੁੱਟਦਾ ਹੈ ਨਾ, ਉਸ ਤਰ੍ਹਾਂ ਉਮੜ ਕੇ ਪਿਆਰ ਤੁਹਾਨੂੰ ਪੈਣਾ ਤੁਹਾਡੀ ਸੱਸ ਦਾ। ਅਤੇ ਇਹ ਵੀ ਜ਼ਰੂਰੀ ਨਹੀਂ ਕਿ ਸਾਰੇ ਪਾਸੇ ਜਿਹੜੀਆਂ ਨੂੰਹਾਂ ਦਾ ਹੀ ਰੌਲਾ ਹੈ, ਕਈ ਜਗ੍ਹਾ ਅਸੀਂ ਇਹ ਵੀ ਦੇਖਦੇ ਹਾਂ ਕਿ ਕਈ ਜਿਹੜੀਆਂ ਆ ਸੱਸਾਂ ਵੀ ਜਿਹੜੀਆਂ ਨੇ ਉਹ ਵੀ ਨੁਕਤਾ ਚੀਨੀ ਗੱਲ ਗੱਲ 'ਚ ਕਿੱਥੇ ਗਈ ਸੀ, ਕਿਉਂ ਆਈ ਹੈ, ਕਿੱਦਾਂ ਆ, ਆਹ ਕੀ ਪਾਇਆ, ਉਹ ਕੀਤਾ। ਜਿਹੜੀਆਂ ਸੱਸਾਂ ਨੇ ਸਾਡੀਆਂ ਮਾਤਾਵਾਂ, ਉਹਨਾਂ ਨੂੰ ਵੀ ਬੇਨਤੀ ਆ ਕਿ ਪਰਮਾਤਮਾ ਨੇ ਤੁਹਾਡੇ 'ਤੇ ਇੰਨੀ ਕਿਰਪਾ ਕੀਤੀ ਕਿ ਤੁਹਾਨੂੰ ਪੁੱਤ ਦੀ ਦਾਤ ਬਖਸ਼ੀ, ਪੁੱਤ ਦਾ ਵਿਆਹ ਹੋ ਗਿਆ, ਅਤੇ ਹੁਣ ਤੁਸੀਂ ਜਿਹੜਾ ਆ ਮੀਆਂ ਬੀਵੀ ਨੂੰ ਬਿਠਾ ਕੇ ਨਵੇਂ ਸਾਲ 'ਤੇ ਕਹਿ ਦਿਓ ਕਿ ਭਾਈ ਤੁਸੀਂ ਆਪਣਾ ਚੰਗਾ ਮਾੜਾ ਆਪ ਸੋਚੋ, ਆਪ ਕਰੋ, ਅਸੀਂ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਉਣੀਆਂ ਸੀ ਨਿਭਾ ਦਿੱਤੀਆਂ, ਹਾਂ ਸਾਡੇ ਲਾਇਕ ਕੋਈ ਸੇਵਾ ਆ ਅਤੇ ਅਸੀਂ ਬੈਠੇ ਹਾਂ, ਸਾਡੇ ਲਾਇਕ ਕੋਈ ਕੰਮ ਹੈ, ਸਾਨੂੰ ਦੱਸੋ, ਅਸੀਂ ਜਿੱਥੇ ਖੜ੍ਹੇ ਹੋਣਾ ਆ ਅਸੀਂ ਤੁਹਾਡੇ ਨਾਲ ਹੈ। ਅਤੇ ਉਹਨਾਂ ਨੂੰ ਹੌਸਲਾ ਦਿਓ ਅਤੇ ਉਹਨਾਂ ਨੂੰ ਉਹਨਾਂ ਦੇ ਫੈਸਲੇ ਲੈਣ ਦਿਓ, ਕਿਤੇ ਘੁੰਮਣ ਜਾਣਾ, ਕੋਈ ਸ਼ੋਪਿੰਗ ਕਰਨੀ, ਕੋਈ ਚੀਜ਼ ਲੈਣੀ ਹੈ, ਉਹਦੇ ਵਿੱਚ ਨੁਕਤਾਚੀਨੀ ਨਾ ਕਰੋ, ਉਹਦੇ ਵਿੱਚ ਦਖਲਅੰਦਾਜ਼ੀ ਆਪਣੀ ਨਾ ਕਰੋ, ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਜੀਣ ਦਿਓ। ਹਾਂ ਜਿੱਥੇ ਉਹ ਗਲਤ ਲੱਗਦੇ ਨੇ, ਗਲਤ ਵਾਕਿਆ 'ਚ ਹੈਗੇ ਨੇ, ਉਹਨਾਂ ਨੂੰ ਜ਼ਰੂਰ ਰੋਕੋ, ਜ਼ਰੂਰ ਟੋਕੋ, ਬਿਠਾ ਕੇ ਪਿਆਰ ਨਾਲ ਸਮਝਾਓ। ਕਈ ਵਾਰੀ ਮੈਂ ਦੇਖਿਆ ਕਿ 8-8 ਘੰਟੇ, 10-10 ਘੰਟੇ ਸੱਸਾਂ ਬੋਲਣੋਂ ਨਹੀਂ ਹਟਦੀਆਂ। ਸਾਰੇ ਮਾੜੇ ਨਹੀਂ, ਸਾਰੀਆਂ ਨੂੰਹਾਂ ਮਾੜੀਆਂ ਨਹੀਂ, ਸਾਰੀਆਂ ਸੱਸਾਂ ਵੀ ਮਾੜੀਆਂ ਨਹੀਂ, ਪਰ ਇਹਦੇ ਵਿੱਚ ਕੀ ਹੈਗਾ ਕਿ ਬੈਲੈਂਸ ਬਣਾ ਕੇ ਰੱਖੋ। ਬਾਕੀ ਜਿੱਥੇ ਪਿਆਰ ਹੈ ਉੱਥੇ ਹੀ ਤਕਰਾਰ ਹੈ, ਅਤੇ ਜਿੱਥੇ ਤਕਰਾਰ ਹੈ ਉੱਥੇ ਹੀ ਪਿਆਰ ਹੈ। ਇਹ ਛੋਟੀ ਇਸ ਤੋਂ ਬਾਅਦ ਦੋਸਤੋ ਮੈਂ ਇਹ ਵੀ ਨੋਟ ਕੀਤਾ ਕਿ ਕੰਮ ਕਸਰਤ ਨੂੰ ਜਿਹੜਾ ਟਾਈਮ ਨਹੀਂ ਦਿੰਦੇ, ਅਸੀਂ ਨਹੀਂ ਦਿੱਤਾ 2023 ਦੇ ਵਿੱਚ, ਇਗਨੋਰ ਕੀਤਾ ਅਤੇ ਇਹਨੂੰ ਸੀਰੀਅਸ ਨਹੀਂ ਲਿਆ। ਦੋਸਤੋ ਸੈਰ ਕਰੋ, ਕਸਰਤ ਕਰੋ, ਯੋਗਾ ਕਰੋ ਘਰ ਦੇ ਵਿੱਚ, ਚਾਹੇ ਤੁਸੀਂ ਡਾਂਸ ਕਰੋ, ਚਾਹੇ ਬੱਚਿਆਂ ਦੇ ਨਾਲ ਖੇਡੋ, ਚਾਹੇ ਬਾਗ ਬਗੀਚਾ ਤੁਹਾਡੇ ਘਰ ਦੇ ਅੰਦਰ ਜਾਂ ਬਾਹਰ ਹੈਗਾ ਉਹਦੇ ਵਿੱਚ ਥੋੜ੍ਹਾ ਬਹੁਤ ਕੰਮ ਕਰੋ। ਸਰੀਰ ਨੂੰ ਜ਼ਰੂਰ ਹਿਲਾਉਣਾ, 10-15 ਮਿੰਟ 20 ਮਿੰਟ, ਇਹ ਜ਼ਰੂਰੀ ਹੈ ਚੰਗੀ ਸਿਹਤ ਦੇ ਲਈ। ਤਰੱਕੀ ਤੁਸੀਂ ਤਾਂ ਹੀ ਕਰ ਸਕਦੇ ਹਾਂ ਜੇ ਤੁਹਾਡੀ ਸਿਹਤ ਚੰਗੀ ਹੋਏਗੀ। ਸੋ ਕੋਈ ਵੀ ਸ਼ੌਂਕ ਪਾਲ ਲਓ, ਅਜਿਹਾ ਸ਼ੌਂਕ ਜਿਹਦੇ ਵਿੱਚ ਤੁਹਾਡੀ ਬੋਡੀ ਦੀ ਐਕਸਰਸਾਈਜ਼ ਹੋਵੇ, ਉਹ ਚਾਹੇ ਤੁਸੀਂ ਗਾਰਡਨਿੰਗ ਕਰ ਰਹੇ ਹੋ, ਚਾਹੇ ਬੱਚਿਆਂ ਨਾਲ ਖੇਡ ਲਓ ਜਿਵੇਂ ਮੈਂ ਦੱਸਿਆ, ਬਹੁਤ ਸਾਰੀਆਂ ਚੀਜ਼ਾਂ ਨੇ ਉਹ ਤੁਸੀਂ ਆਪਣੀ ਸੋਚ, ਆਪਣੀ ਸ਼ੌਂਕ ਦੇ ਮੁਤਾਬਕ ਜਿਹੜਾ ਆ ਉਹ ਤੁਸੀਂ ਕਰੋ। ਜ਼ਰੂਰ ਕੰਮ ਜਿਹੜਾ ਕੋਈ ਨਾ ਕੋਈ ਕਰਨਾ ਪੈਣਾ, ਕਸਰਤ ਕਰਨੀ ਪੈਣੀ ਹੈ, ਯੋਗਾ ਕਰਨਾ ਪੈਣਾ, ਖੇਡਣਾ ਪੈਣਾ, ਤਾਂ ਹੀ ਗੱਲ ਬਣਨੀ ਹੈ। ਨਹੀਂ ਤਾਂ ਫਿਰ ਜਿਵੇਂ ਜਿਵੇਂ ਬੁਢਾਪਾ ਆ ਰਿਹਾ ਉਵੇਂ ਉਵੇਂ ਬਿਮਾਰੀਆਂ ਵੱਲ ਨੂੰ ਤੁਰੇ ਜਾਣਾ। ਜ਼ਰੂਰੀ ਹੈ ਕਸਰਤ, ਇਹਨਾਂ ਚੀਜ਼ਾਂ ਨੂੰ ਡਿਲੇਅ ਕਰਨ ਦੇ ਲਈ, ਅਸੀਂ ਇਹਨਾਂ ਨਾਲ ਅਮਰ ਨਹੀਂ ਹੋ ਜਾਣਾ ਕਸਰਤ ਕਰਕੇ, ਪਰ ਇਹ ਹੈ ਵੀ ਕੁਛ ਚੀਜ਼ਾਂ ਨੂੰ ਡਿਲੇਅ ਕੀਤਾ ਜਾ ਸਕਦਾ। ਸੋ ਇਹਦੇ ਸਮਾਂ ਜ਼ਰੂਰ ਦਿਓ। ਇੱਕ ਦੇਖਿਆ ਦੋਸਤੋ ਕਿ ਪੈਸੇ ਦਾ ਜਿਹੜਾ ਲੈਣ ਦੇਣ ਆ ਦੋਸਤਾਂ 'ਚ, ਰਿਸ਼ਤੇਦਾਰਾਂ 'ਚ, ਉਹਦੇ ਵਿੱਚ ਬਹੁਤ ਗਿਲੇ ਸ਼ਿਕਵੇ ਜਿਹੜੇ ਦੇਖਣ ਨੂੰ ਮਿਲਦੇ ਨੇ। ਪਹਿਲਾਂ ਤਾਂ ਮਦਦ ਮੰਗਿਆ ਕੋਈ ਦਿੰਦਾ ਹੀ ਨਹੀਂ, ਅਤੇ ਜੇ ਕਿਸੇ ਨੇ ਮਦਦ ਦੇ ਦਿੱਤੀ ਤਾਂ ਵਾਪਸ ਉਹਦੀ ਮਦਦ ਕੋਈ ਮੋੜਦਾ ਨਹੀਂ। ਇਹ ਬੜੀ ਵਾਰੀ ਗੱਲ ਸਾਹਮਣੇ ਆਉਂਦੀ ਹੈ। ਇਹਦੇ ਵਿੱਚ ਕੀ ਹੈ ਕਿ ਦੋਸਤੋ ਜਿਹਦੇ ਜਿਹਦੇ ਵੀ ਤੁਸੀਂ ਪੈਸੇ ਮੋੜਨੇ ਆ ਨਾ,
ਪਹਿਲੀ ਗੱਲ ਤਾਂ ਪ੍ਰਾਇਓਰਿਟੀ 'ਤੇ ਸਾਰੇ ਖਰਚੇ ਬੰਦ ਕਰਕੇ ਉਹਦੇ ਪੈਸੇ ਮੋੜੋ। ਇਕੱਠੇ ਦੇ ਸਕਦੇ ਹੋ, ਦੋ ਵਾਰੀ ਕਰਕੇ ਦੇ ਸਕਦੇ ਹੋ, 5 ਵਾਰੀ, 10 ਵਾਰੀ ਕਰਕੇ, 500 ਕਰਕੇ, ਜਿਵੇਂ ਵੀ ਹੈ, ਜਿਹਦੇ ਵੀ ਤੁਸੀਂ ਪੈਸੇ ਲਏ ਹੋਏ ਨੇ ਉਹਦੇ ਪੈਸੇ ਜ਼ਰੂਰ ਵਾਪਸ ਕਰੋ। ਉਹਨੇ ਕਿੰਨੀ ਮਿਹਨਤ ਦੇ ਨਾਲ ਕਮਾਏ ਨੇ ਇਹ ਉਹ ਜਾਣਦਾ ਹੈ। ਅਤੇ ਇੱਕ ਵਾਰੀ ਸੋਚ ਕੇ ਦੇਖਿਓ ਕਿ ਤੁਹਾਡੇ ਕੋਲੋਂ ਜੇਕਰ ਕੋਈ ਪੈਸੇ ਲੈ ਲਵੇ ਉਧਾਰ, ਤਾਂ ਮੁੜ ਕੇ ਨਾਮ ਹੀ ਨਾ ਲਵੇ ਦੇਣ ਦਾ, ਤੁਹਾਡਾ ਫੋਨ ਹੀ ਨਾ ਚੁੱਕੇ, ਤਾਂ ਫਿਰ ਤੁਹਾਡਾ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੋਊਗਾ? ਇੱਦਾਂ ਦਾ ਹੀ ਉਹਨੂੰ ਮਹਿਸੂਸ ਹੋ ਰਿਹਾ। ਜੇਕਰ ਪੈਸੇ ਮੋੜਨ ਦੀ ਹਲੇ ਸ਼ਮਤਾ ਨਹੀਂ ਹੈਗੀ, ਤਾਂ ਘੱਟ ਤੋਂ ਘੱਟ ਉਸ ਸ਼ਖਸ ਨੂੰ ਮਹੀਨੇ 'ਚ 4 ਵਾਰੀ 6 ਵਾਰੀ ਫੋਨ ਕਰਕੇ ਹਾਲ ਚਾਲ ਜ਼ਰੂਰ ਪੁੱਛਿਆ ਕਰੋ। ਉਹਦੇ ਘਰ ਵੀ ਜਾਓ, ਉਹਨੂੰ ਵੀ ਆਪਣੇ ਘਰ ਇਨਵਾਈਟ ਕਰੋ, ਔਰ ਉਹਨੂੰ ਨਾਲ ਦੀ ਨਾਲ ਕਨਵਰਸੇਸ਼ਨ ਦੇ ਵਿੱਚ ਇਹ ਵੀ ਦੱਸਦੇ ਰਹੋ ਕਿ ਭਾਈ ਮੈਨੂੰ ਯਾਦ ਹੈ ਮੈਂ ਤੇਰੇ ਪੈਸੇ ਮੋੜਨੇ ਨੇ, ਮੇਰੇ ਨੂੰ ਜਿਵੇਂ ਹੀ ਕਿਸੇ ਪਾਸਿਓਂ ਪੇਮੈਂਟ ਆਉਂਦੀ ਹੈ ਤਾਂ ਮੈਂ ਪਹਿਲ ਦੇ ਆਧਾਰ 'ਤੇ ਤੇਰੇ ਪੈਸੇ ਜਿਹੜੇ ਨੇ ਉਹ ਮੋੜਾਂਗਾ। ਇਹਨੂੰ ਇੰਝ ਨਾ ਸਮਝੋ ਕਿ ਪੈਸੇ ਲੈ ਲਏ ਹੋ ਮੇਰਾ ਕਿਸੇ ਨੇ ਕੀ ਕਰ ਲੈਣਾ, ਰੱਬ ਦੇ ਘਰ ਜਾ ਕੇ ਪਾਈ ਪਾਈ ਦਾ ਹਿਸਾਬ ਹੋਣਾ ਹੈ। ਇੱਕ ਪਾਸੇ ਅਸੀਂ ਰੱਬ ਨੂੰ ਮੰਨਦੇ ਹਾਂ, ਅਸੀਂ ਆਪਣੇ ਗੁਰੂਆਂ ਪੀਰਾਂ ਨੂੰ ਮੰਨਦੇ ਹਾਂ, ਅਤੇ ਦੂਜੇ ਪਾਸੇ ਅਸੀਂ ਸੋਚਦੇ ਹਾਂ ਕਿਸੇ ਕੋਲ ਪੈਸੇ ਲੈ ਲਏ ਛੱਡ ਪਰੇ, ਹੁਣ ਅਸੀਂ ਦੇਣੇ ਹੀ ਨਹੀਂ, ਕਿਸੇ ਕੋਲ ਪੈਸੇ ਲੈ ਲਏ ਹੁਣ ਮੋੜਨ ਦੀ ਲੋੜ ਹੀ ਕੋਈ ਨਹੀਂ, ਅਗਲੇ ਨਾਲ ਰਿਸ਼ਤਾ ਹੀ ਖਤਮ ਕਰ ਲਓ। ਇੱਥੇ ਠੀਕ ਆ, ਦੁਨੀਆਂ ਦੇ ਵਿੱਚ ਤੁਸੀਂ ਜੋ ਮਰਜ਼ੀ ਕਰ ਲਓ, ਰੱਬ ਦੇ ਘਰ ਜਾ ਕੇ ਤਾਂ ਫਿਰ ਡਾਂਗ ਫਿਰਨੀ ਹੋਈ ਫਿਰਨੀ ਹੋਆ ਭਾਈ। ਇਸ ਤੋਂ ਅਗਲੀ ਜਿਹੜੀ ਗੱਲ ਹੈ ਦੋਸਤੋ, ਅਸੀਂ ਫਾਲਤੂ ਖਰਚੇ ਵੀ ਮੈਂ ਨੋਟਿਸ ਕੀਤਾ ਕਿ ਫਾਲਤੂ ਖਰਚੇ ਬਹੁਤ ਕਰਦੇ ਹਾਂ ਅਸੀਂ। ਸਾਲ 2023 ਦੇ ਵਿੱਚ ਬਹੁਤ ਫਾਲਤੂ ਖਰਚੇ ਜਿਹੜੇ ਕਰ ਲਏ, ਹੁਣ ਸਾਲ 2024 ਦੇ ਵਿੱਚ ਫਾਲਤੂ ਖਰਚੇ ਨਹੀਂ ਕਰਨੇ। ਕਈ ਵੀਰਾਂ ਭਰਾਵਾਂ ਦੀ ਗੁੱਸਾ ਨਾ ਕਰਿਓ, ਕਈ ਭੈਣਾਂ ਦੀ ਤਨਖਾਹ ਜਿਹੜੀ ਹੈ ਨਿੱਜੀ ਫੈਕਟਰੀਆਂ ਦੇ ਵਿੱਚ, ਨਿੱਜੀ ਅਦਾਰਿਆਂ ਦੇ ਵਿੱਚ 7500 ਰੁਪਈਆ ਆ, 6500 ਰੁਪਈਆ ਆ, ਕਈ 4000 'ਤੇ ਵੀ ਲੱਗੇ ਹੋਏ ਆ। ਉਹਨਾਂ ਨੇ ਆਈਫੋਨ ਵਰਗੇ ਮਹਿੰਗੇ ਮਹਿੰਗੇ ਫੋਨ ਜਿਹੜੇ ਆ ਕਿਸ਼ਤਾਂ 'ਤੇ ਲਏ ਹੋਏ ਨੇ, 50,000 ਤੋਂ ਲੈ ਕੇ 1.5 ਲੱਖ ਤੱਕ ਦੇ ਫੋਨ ਜਿਹੜੇ ਨੇ ਉਹ ਲੈ ਕੇ ਸਵੇਰੇ ਆਟੋ 'ਚ ਬਹਿ ਕੇ, ਬੱਸ 'ਚ ਬਹਿ ਕੇ, ਅਤੇ ਫਿਰ ਆਪਣੇ ਕੰਮ ਕਾਰ 'ਤੇ ਜਾਂਦੇ ਨੇ। ਉਹਦਾ ਫਾਇਦਾ ਕੀ ਹੈ? ਇਹ ਜਿਹੜੀ ਸ਼ੋਅ ਆਫ ਦੀ ਜ਼ਿੰਦਗੀ ਹੈ, ਨਕਲੀ ਦੁਨੀਆ ਜਿਹੜੀ, ਉਹਦੇ ਤੋਂ ਬਾਹਰ ਆ ਕੇ ਅਸਲੀ ਜ਼ਿੰਦਗੀ ਦੇ ਵਿੱਚ ਅਸਲ ਲਾਈਫ ਜਿਹੜੀ ਆ ਜੀਣੀ ਸ਼ੁਰੂ ਕਰੋ। ਫਾਲਤੂ ਖਰਚੇ ਬੰਦ ਕਰ ਦਿਓ, ਥੋੜ੍ਹੇ ਕੱਪੜਿਆਂ 'ਚੋਂ ਗੁਜ਼ਾਰਾ ਕਰੋ, ਮਹਿੰਗੇ ਫੋਨਾਂ ਦੀ ਕੋਈ ਲੋੜ ਨਹੀਂ। ਜੇ ਤੁਹਾਨੂੰ ਉਹ ਤੋਂ ਉਹਦੇ 'ਚੋਂ ਕੋਈ ਅਰਨਿੰਗ ਆਉਂਦੀ ਹੈ ਤਾਂ ਤੁਸੀਂ ਮਹਿੰਗਾ ਫੋਨ ਲਓ। ਜੇ ਉਹਦਾ ਕੋਈ ਫਾਇਦਾ ਹੀ ਨਹੀਂ, ਅੱਜ ਫੋਨ 1,00,000 ਰੁਪਏ ਦਾ ਅਤੇ 6 ਮਹੀਨੇ ਬਾਅਦ 60,000 ਦਾ, ਅਤੇ ਤੁਸੀਂ ਆਪਣੇ ਪੈਸੇ ਅਤੇ ਆਪਣਾ ਸਮਾਂ ਦੋਨੇ ਬਰਬਾਦ ਕਰ ਰਹੇ ਹੋ। ਫਾਲਤੂ ਖਰਚੇ ਬਿਲਕੁਲ ਬੰਦ ਕਰ ਦਿਓ, ਬਿਲਕੁਲ ਬੰਦ ਦਾ ਮਤਲਬ ਬਿਲਕੁਲ ਬੰਦ, ਲੋੜ ਵਾਲੀ ਚੀਜ਼ ਖਰੀਦੋ ਸਿਰਫ, ਔਰ ਕੋਸ਼ਿਸ਼ ਤਾਂ ਇਹ ਕਰੋ ਕਿ ਉਹੀ ਚੀਜ਼ ਖਰੀਦੋ ਜਿਹਦਾ ਤੁਹਾਨੂੰ ਜਾਂ ਤਾਂ ਕੋਈ ਘਰ ਦੇ ਵਿੱਚ ਲਾਭ ਹੈ, ਤੁਹਾਨੂੰ ਲਾਭ ਹੈ, ਜਾਂ ਜਿਹਦੇ ਤੋਂ ਤੁਸੀਂ ਕੋਈ ਅਰਨਿੰਗ ਲੈ ਸਕਦੇ ਹੋ, ਕੋਈ ਇਹੋ ਜਿਹੀ ਕੋਈ ਚੀਜ਼, ਇਹੋ ਜਿਹਾ ਕੰਮ ਕਾਰੋਬਾਰ ਕਰੋ, ਬਾਕੀ ਛੱਡ ਦਿਓ ਫਾਲਤੂ ਖਰਚੇ। ਅਤੇ ਇੱਕ ਜਿਹੜਾ ਹੈਗਾ ਦੋਸਤੋ, ਗੁੱਸੇ ਗਿਲੇ ਜਿਹੜੇ ਆ ਬਹੁਤ ਅਸੀਂ ਚੱਕੀ ਫਿਰਦੇ ਹਾਂ। ਮੈਨੂੰ ਉਹਨੇ 15 ਸਾਲ ਪਹਿਲਾਂ ਆਹ ਕਿਹਾ ਸੀ, ਉਹਨੇ ਮੈਨੂੰ 40 ਸਾਲ ਪਹਿਲਾਂ ਆਹ ਗੱਲ ਆ ਕਹੀ ਸੀ, ਅਸੀਂ ਤਾਂ ਜਾਂਦੇ ਹੀ ਨਹੀਂ, ਅਸੀਂ ਤਾਂ ਰਿਸ਼ਤੇਦਾਰੀ ਖਤਮ ਕਰਤੀ, ਆ ਸਾਡੀ ਕੋਈ ਦੋਸਤੀ ਨਹੀਂ ਉਹਦੇ ਨਾਲ। ਇਸ ਗੱਲ ਨੂੰ ਸਾਲ 2024 ਦੇ ਵਿੱਚ ਖਤਮ ਕਰ ਦਿਓ, ਫੋਨ ਚੱਕੋ, ਇਹ ਵੀਡੀਓ ਖਤਮ ਹੁੰਦੀ ਹੈ ਤਾਂ ਆਪਣੇ ਉਹਨਾਂ ਰੁੱਸੇ ਹੋਏ ਰਿਸ਼ਤੇਦਾਰਾਂ ਦੋਸਤਾਂ ਨੂੰ ਇੱਕ ਵਾਰੀ ਮੇਰੇ ਕਹਿਣ 'ਤੇ ਫੋਨ ਲਗਾ ਕੇ ਜ਼ਰੂਰ ਦੇਖਿਓ ਕਿ ਉਹ ਕੀ ਕਹਿੰਦੇ ਨੇ। ਜੇ ਤਾਂ ਉਹਨਾਂ ਦਾ ਪੋਜ਼ਿਟਿਵ ਰਿਸਪੋਂਸ ਆਉਂਦਾ, ਜੇਕਰ ਉਹਨਾਂ ਨੂੰ ਲੱਗਦਾ ਕਿ ਨਹੀਂ ਯਾਰ ਬੰਦੇ ਦਾ ਫੋਨ ਆਇਆ ਅਤੇ ਇਹਦੇ ਨਾਲ ਗੱਲ ਕਰਨੀ ਚਾਹੀਦੀ ਹੈ, ਫਿਰ ਤੁਸੀਂ ਜ਼ਰੂਰ ਉਹਨਾਂ ਦੇ ਚਾਹੇ ਘਰ ਜਾਓ, ਚਾਹੇ ਉਹਨਾਂ ਨੂੰ ਆਪਣੇ ਘਰ ਬੁਲਾਓ, ਔਰ ਇਹ ਜਿਹੜੀ ਵੀਡੀਓ ਹੈ ਇਹਨੂੰ ਗਰੁੱਪਸ ਦੇ ਵਿੱਚ ਜ਼ਰੂਰ ਸ਼ੇਅਰ ਕਰੋ, ਕਿਉਂਕਿ ਪਤਾ ਨਹੀਂ ਕਿਹਨੂੰ ਕਿਹੜੀ ਗੱਲ ਚੰਗੀ ਲੱਗ ਜਾਣੀ ਹੈ, ਜੱਚ ਜਾਣੀ ਹੈ, ਸ਼ਾਇਦ ਕਿਸੇ ਦੀ ਸੋਚ ਬਦਲ ਜਾਏ, ਸ਼ਾਇਦ ਕਿਸੇ ਨੂੰ ਕੁਝ ਸਿੱਖਣ ਨੂੰ ਮਿਲ ਜਾਏ। ਅਤੇ ਇਹ ਸਾਰੇ ਗਿਲੇ ਸ਼ਿਕਵੇ ਵੀ ਨਾਲੇ ਆਪਾਂ ਖਤਮ ਕਰ ਦਈਏ, ਅਤੇ ਦੋਸਤਾਂ ਦੇ ਨਾਲ ਵੀ ਜਿਹੜਾ ਆ ਉਹ ਇਮਾਨਦਾਰ ਹੋ ਕੇ ਰਹੀਏ। ਦੋਸਤ ਜਿਹੜੇ ਨੇ ਉਹ ਘੱਟ ਰੱਖੋ ਪਰ ਉਹ ਰੱਖੋ ਜਿਹੜੇ ਤੁਹਾਡੇ ਔਖੇ ਸੌਖੇ ਸਮੇਂ ਕੰਮ ਆ ਸਕਣ। ਸੋ ਅੱਜ ਦੇ ਲਈ ਇੰਨੀਆਂ ਕੁ ਗੱਲਾਂ ਦੇ ਨਾਲ ਅਸੀਂ ਤੁਹਾਡੇ ਕੋਲ ਜਿਹੜੀ ਆ ਇਜਾਜ਼ਤ ਲੈਣ ਜਾ ਰਹੇ ਹਾਂ। ਇੱਕ ਵਾਰੀ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਲਾਈਕ, ਫੋਲੋ ਅਤੇ ਸਬਸਕ੍ਰਾਈਬ ਕਰਨਾ ਤੁਸੀਂ ਭੁੱਲ ਜਾਂਦੇ ਹੋ, ਅਤੇ ਚੈਨਲ ਨੂੰ ਲਾਈਕ ਵੀ ਕਰ ਲਓ, ਫੋਲੋ ਵੀ ਕਰ ਲਓ,
ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ, ਕਮੈਂਟ ਕਰਕੇ ਆਪੋ ਆਪਣੀ ਰਾਏ ਵੀ ਜ਼ਰੂਰ ਦੱਸਿਓ। ਥੋੜ੍ਹੀ ਜਿਹੀ ਜਲਦਬਾਜ਼ੀ ਦੇ ਵਿੱਚ ਵੀਡੀਓ ਬਣਾਈ ਹੈ, ਕਈ ਗੱਲਾਂ ਰਹਿ ਗਈਆਂ ਅਤੇ ਕਈ ਗੱਲਾਂ ਦੇ ਵਿੱਚ ਗਲਤੀਆਂ ਹੋ ਸਕਦੀਆਂ। ਫਿਲਹਾਲ ਦੇ ਲਈ ਆਪਣੇ ਦੋਸਤ ਗੋਬਿੰਦਜੀਤ ਸਿੰਘ ਦਿਓ ਇਜਾਜ਼ਤ, ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ, ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਦੇ ਲਈ ਸਿਹਤ ਦਾ ਰੱਖੋ ਖਿਆਲ, ਜਲਦੀ ਮਿਲਦੇ ਹਾਂ, ਧੰਨਵਾਦ, ਸ਼ੁਕਰੀਆ।